ਤਨ ਤਨ ਸਤਿਗੁਰੂ ਤੇਰਾ ਹੀ ਆਸਰਾ, ਤਨ ਤਨ ਸਤਿਗੁਰੂ ਤੇਰਾ ਹੀ ਆਸਰਾ। ਸਤਸੰਗ ਜੀ, ਤੁਹਾਡੇ ਰੂਬਰੂ ਹੋਏ ਆ ਕੁਝ ਕੜੀਆਂ ਨੂੰ ਲੈ ਕੇ, ਤੇ ਉਹ ਕੀ ਨੇ ਕੜੀਆਂ? ਜਿੱਦਾਂ ਦਾ ਮਾਹੌਲ ਚੱਲ ਰਿਹਾ, ਇੱਕ ਮਨਮੁੱਖ ਪ੍ਰੇਮੀਆਂ ਨੂੰ ਕੀ ਟਿਚਰਾਂ ਕਰਦੇ ਆ ਤੇ ਪ੍ਰੇਮੀ ਅੱਗੋਂ ਕੀ ਜਵਾਬ ਦਿੰਦੇ ਆ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਸੀਗੇ। ਤਾਂ ਬਾਈ ਗੁਰਵਿੰਦਰ ਜੀ ਇਹ ਮਨਮੁੱਖ ਵਾਲਾ ਰੋਲ ਅਦਾ ਕਰਨਗੇ। ਮੈਂ ਸੁਖਪ੍ਰੀਤ ਸਾਹਿਬ, ਜੋ ਪ੍ਰੇਮੀ ਮੂਹਰੋਂ ਜਵਾਬ ਦਿੰਦੇ ਆ, ਕਿਸ ਤਰੀਕੇ ਨਾਲ ਦਿੰਦੇ ਆ, ਕਿੱਦਾਂ ਮਨਮੁੱਖ ਟਿਚਰਾਂ ਕਰਦੇ ਆ, ਉੱਦਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ। ਧੰਨ ਧੰਨ ਸਤਿ ਧੰਨ ਸਤਿਗੁਰੂ ਤੇਰਾ ਹੀ ਆਸਰਾ। ਨਿੰਦਕ ਜੀ ਬੋਲਣਗੇ ਹੁਣ, ਉਹ ਬੜਾ ਮਸਤੀ ਚ ਰਹਿਣਾ ਪ੍ਰੇਮੀਆਂ, ਉਹ ਬੜਾ ਮਸਤੀ ਚ ਰਹਿਣਾ ਪ੍ਰੇਮੀਆਂ, ਉਹ ਵੇਖੀ ਕਿਤੇ ਡਿੱਗ ਨਾ ਪਵੀ, ਉਹ ਵੇਖੀ ਕਿਤੇ ਡਿੱਗ ਨਾ ਪਵੀ, ਕਾਨੂੰ ਕਾਲ ਨਾਲ ਖੈਨਾ ਪ੍ਰੇਮੀਆਂ, ਉਹ ਬੜਾ ਮਸਤੀ ਚ ਰਹਿਣਾ ਪ੍ਰੇਮੀਆਂ, ਉਹ ਬੜਾ ਮਸਤੀ ਚ ਰਹਿਣਾ ਪ੍ਰੇਮੀਆਂ। ਗਲ ਲੋ ਕੱਟ ਪਾਏ ਹੋਏ ਆ, ਉਹ ਗਲ ਲੋ ਕੱਟ ਪਾਏ ਹੋਏ ਆ, ਉਹ ਪੈਰ ਸਾਡੇ ਅੰਗਦ ਤੋਂ ਵੱਧ ਮਜ਼ਬੂਤ ਨੇ, ਉਹ ਪੈਰ ਸਾਡੇ ਅੰਗਦ ਤੋਂ ਵੱਧ ਮਜ਼ਬੂਤ ਨੇ, ਉਹ ਪੂਰੇ ਗੁਰੂ ਦੇ ਚਿਤਾਏ ਹੋਏ ਆ। ਗਲ ਲੋ ਕੱਟ ਪਾਏ ਹੋਏ ਆ, ਗਲ ਲੋ ਕੱਟ ਪਾਏ ਹੋਏ ਆ, ਉਹ ਗੇੜਾ ਚੁਰਾਸੀ ਦਾ ਲਵਾ ਦਿਉਂਗਾ, ਗੇੜਾ ਚੁਰਾਸੀ ਦਾ ਲਵਾ ਦਿਉਂਗਾ, ਮੈਂ ਕਾਲ ਦਾ ਏਜੰਟ ਬੱਲਿਆ, ਮੈਂ ਕਾਲ ਦਾ ਏਜੰਟ ਬੱਲਿਆ, ਵਿੱਚ ਨਰਕਾਂ ਪਵਾ ਦਿਉਂਗਾ, ਗੇੜਾ ਚੁਰਾਸੀ ਦਾ ਲਵਾ ਦਿਉਂਗਾ, ਗੇੜਾ ਚੁਰਾਸੀ ਦਾ ਲਵਾ ਦਿਉਂਗਾ। ਉਹ ਬਚਣ ਸ਼ਮਸ ਤਾਨੇ ਤੋਂ ਕਰਾਏ ਹੋਏ ਆ, ਉਹ ਬਚਣ ਸ਼ਮਸ ਤਾਨੇ ਤੋਂ ਕਰਾਏ ਹੋਏ ਆ, ਕਿ ਨਾਮ ਲੈ ਕੇ ਸੱਚੇ ਸੌਦੇ ਤੋਂ, ਕਿ ਨਾਮ ਲੈ ਕੇ ਸੱਚੇ ਸੌਦੇ ਤੋਂ, ਪੈਰ ਸੱਚ ਖੰਡ ਹੀ ਟਕਾਏ ਹੋਏ ਆ। ਉਹ ਵਚਨ ਸ਼ਾਹ ਮਸਤਾਨਾ ਜੀ ਤੋਂ ਕਰਾਏ ਹੋਏ ਆ, ਉਹ ਵਚਨ ਸ਼ਾਹ ਸਤਨਾਮ ਜੀ ਤੋਂ ਕਰਾਏ ਹੋਏ ਆ। ਇੱਥੇ ਹੈ ਨੀ ਕੋਈ ਰੱਬ ਜੀ, ਹੋ ਇੱਥੇ ਹੈ ਨੀ ਕੋਈ ਰੱਬ ਜੀ, ਖਾਓ ਪੀਓ ਤੇ ਉਡਾ ਲੋ ਐਸ਼ ਜੀ, ਉਹ ਖਾਓ ਪੀਓ ਤੇ ਉਡਾ ਲੋ ਐਸ਼ ਜੀ, ਦਿਲੋਂ ਕੱਢ ਦਿਓ ਰੱਬ ਵਾਲਾ ਯੱਬ ਜੀ। ਇੱਥੇ ਹੈ ਨੀ ਕੋਈ ਰੱਬ ਜੀ, ਹੋ ਇੱਥੇ ਹੈ ਨੀ ਕੋਈ ਰੱਬ ਜੀ, ਉਹ ਪੂਰਾ ਗੁਰੂ ਹੀ ਦਿਖਾਉਂਦਾ ਰਸਤਾ, ਉਹ ਸਰਸੇ ਵਾਲਾ ਹੀ ਦਿਖਾਉਂਦਾ ਰਸਤਾ, ਕਿ ਤੁਸੀਂ ਕਦੇ ਲੱਭਿਆ ਹੀ ਨੀ, ਉਹ ਤੁਸੀਂ ਕਦੇ ਲੱਭਿਆ ਹੀ ਨੀ, ਉਹ ਵਿੱਚ ਸਭ ਦੇ ਹੀ ਰੱਬ ਵਸਦਾ, ਉਹ ਪੂਰਾ ਗੁਰੂ ਹੀ ਦਿਖਾਉਂਦਾ ਰਸਤਾ, ਉਹ ਸਰਸੇ ਵਾਲਾ ਹੀ ਦਿਖਾਉਂਦਾ ਰਸਤਾ। ਉਹ ਫਲਾਨੇ ਬਾਬੇ ਦੇ ਧੋਕ ਮਾਰ ਲੋ। ਸਤਸੰਗ ਜੀ, ਜੋ ਹੁਣ ਕੜੀ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ, ਇਹ ਇੱਕ ਅਸਲੀਅਤ ਹੈ। ਕੋਈ ਆਪਣੇ ਸੇਵਾਦਾਰ ਭਾਈ ਭੈਣ ਨਾਲ ਅਸਲੀਅਤ ਇਹ ਘਟਨਾ ਘਟੀ ਹੋਈ ਹੈ। ਕਿਸੇ ਸੇਵਾਦਾਰ ਦੇ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ, ਉਹ ਕੌਮਾਂ ਚਲਾ ਗਿਆ ਸੀ, ਮੇਰੇ ਪੂਰਾ ਯਾਦ ਨਹੀਂ, ਸ਼ਾਇਦ ਉਹ ਪ੍ਰਾਣੀ ਤਿਆਗ ਗਿਆ ਸੀਗਾ। ਤਾਂ ਮੰਮੀ ਡੈਡੀ ਉਹਦੇ ਸੇਵਾ ਤੇ ਹੈ, ਤਾਂ ਉਹਨਾਂ ਕੋਲ ਫੋਨ ਜਾਂਦਾ ਵੀ ਤੁਹਾਡਾ ਇੱਕ ਬੇਟਾ ਜੋ ਇਕਲੌਤਾ ਹੈ ਉਹਦਾ ਐਕਸੀਡੈਂਟ ਹੋ ਗਿਆ, ਤੇ ਉਹ ਏਦਾਂ ਕਰਕੇ ਵੀ ਆਹ ਗੱਲ ਹੋ ਗਈ ਹੈ। ਤਾਂ ਮਾਂ ਕੋਲ ਫੋਨ ਜਾਂਦਾ ਜਿਹਦਾ ਇਕਲੌਤਾ ਪੁੱਤਰ ਹੋਵੇ, ਤਾਂ ਉਸ ਮਾਂ ਨੇ ਕੀ ਜਵਾਬ ਦਿੱਤਾ ਵੀ ਰਾਤ ਦੇ 12 ਵਜੇ ਫੋਨ ਜਾਂਦਾ। ਤਾਂ ਉਹ ਕਹਿੰਦੀ ਵੀ ਮੈਂ ਸੇਵਾ ਛੱਡ ਕੇ ਵਿਚਾਲੇ ਨਹੀਂ ਆ ਸਕਦੀ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਮਾਲਕ ਜਾਣੇ ਉਹਦਾ ਕੰਮ ਜਾਣੇ। ਤਾਂ ਸਤਸੰਗ ਜੀ, ਉਹਦੇ ਅੱਗੇ ਜਦੋਂ ਉਹ ਹੋਸਪਿਟਲ 'ਚ ਪਿਆ ਬੱਚਾ, ਉਸ ਤੋਂ ਬਾਅਦ ਮਾਂ ਪਿਓ ਜਿਵੇਂ ਪਹੁੰਚ ਗਏ ਹੈ, ਤਾਂ ਉਹਨਾਂ ਕੋਲ ਉਹਨਾਂ ਦੇ ਰਿਸ਼ਤੇਦਾਰ ਜਾ ਕੇ ਕਿੱਦਾਂ ਉਹਨਾਂ ਨਾਲ ਵਾਰਤਾਲਾਪ ਕਰਦੇ ਆ, ਕੀ ਕਹਿੰਦੇ ਉਹਨਾਂ ਨੂੰ ਜਾ ਕੇ, ਉਹ ਇਹਨਾਂ ਕੜੀਆਂ ਰਾਹੀਂ ਤੁਹਾਡੇ ਨਾਲ ਉਸ ਜੋ ਭੈਣ ਆ ਉਹਦਾ ਦ੍ਰਿੜ ਵਿਸ਼ਵਾਸ, ਤੇ ਜੋ ਨਿੰਦਕ ਜਾਂ ਮਨਮੁੱਖ ਜਾਂ ਜੋ ਪ੍ਰੇਮੀ ਨੀਗੇ, ਉਹ ਕੀ ਆਉਂਦੇ ਉਹਨਾਂ ਨੂੰ, ਤੇ ਉਹ ਮੂਹਰੋਂ ਭੈਣ ਕੀ ਜਵਾਬ ਦਿੰਦੀ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਸੀਗੇ, ਇੱਕ ਹਕੀਕਤ ਘਟਨਾ। ਹਾਂਜੀ, ਫਲਾਨੇ ਬਾਬੇ ਦੇ ਧੋਕ ਮਾਰ ਲੋ, ਫਲਾਨੇ ਬਾਬੇ ਦੇ ਧੋਕ ਮਾਰ ਲੋ, ਉਹ ਮੁੰਡਾ ਤੁਹਾਡਾ ਬਚ ਜਾਊਗਾ, ਉਹ ਮੁੰਡਾ ਤੁਹਾਡਾ ਬਚ ਜਾਊਗਾ, ਬਾਬਾ ਜੰਡ ਵਾਲਾ ਗੁਰੂ ਤਾਰ ਲੋ। ਫਲਾਨੇ ਬਾਬੇ ਦੇ ਧੋਕ ਮਾਰ ਲੋ, ਫਲਾਨੇ ਬਾਬੇ ਦੇ ਧੋਕ ਮਾਰ ਲੋ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ, ਕਿ ਮੁੰਡਾ ਸਾਡਾ ਕੱਲ ਮਰਦਾ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ, ਕਿ ਮੰਗਣਾ ਤਾਂ ਆਪਣੇ ਤੋਂ ਮੰਗਣਾ,
ਕਿ ਮੰਗਣਾ ਤਾਂ ਸਰਸੇ ਵਾਲੇ ਤੋਂ ਮੰਗਣਾ, ਉਹ ਮੁੰਡਾ ਕੱਲ ਮਰਦਾ ਤਾਂ ਅੱਜ ਮਰ ਜੇ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ, ਉਹ ਪ੍ਰੇਮੀ ਕੀ ਜੋ ਹੋਰ ਦਰ ਜਾਏ। ਹੋਏ ਅੱਧੀ ਸੰਗਤ ਤਾਂ ਥੋਡੀ ਡੋਲ ਗਈ, ਹੋਏ ਅੱਧੀ ਸੰਗਤ ਤਾਂ ਥੋਡੀ ਡੋਲ ਗਈ, ਉਹ ਜਾਂਦੇ ਨਹੀਂ ਡੇਰੇ ਵੱਲ ਨੂੰ, ਉਹ ਜਾਂਦੇ ਨਹੀਂ ਡੇਰੇ ਵੱਲ ਨੂੰ, 20 ਸਾਲ ਤੋਂ ਉਮਰ ਕੈਦ ਬੋਲ ਗਈ। ਹੋਏ ਅੱਧੀ ਸੰਗਤ ਤਾਂ ਥੋਡੀ ਡੋਲ ਗਈ, ਅੱਧੀ ਸੰਗਤ ਤਾਂ ਥੋਡੀ ਡੋਲ ਗਈ। ਹਰ ਪ੍ਰੇਮੀ ਹੀ ਅਡੋਲ ਕਰਤਾ, ਉਹ ਹਰ ਪ੍ਰੇਮੀ ਹੀ ਅਡੋਲ ਕਰਤਾ, ਉਹ ਬਾਹਰੇ ਆਉਣਾ ਛੇਤੀ ਗੁਰੂ ਮੇਰੇ ਨੇ, ਉਹ ਬਾਹਰੇ ਆਉਣਾ ਛੇਤੀ ਗੁਰੂ ਮੇਰੇ ਨੇ। ਲਾਵੇ ਕੱਲਾ ਕੱਲਾ ਪ੍ਰੇਮੀ ਸਰਦੀਆਂ ਸ਼ਰਤਾਂ, ਹਰ ਪ੍ਰੇਮੀ ਹੀ ਅਡੋਲ ਕਰਤਾ, ਹਰ ਪ੍ਰੇਮੀ ਹੀ ਅਡੋਲ ਕਰਤਾ। ਓਏ ਅੱਧੀ ਸੰਗਤ ਤਾਂ ਥੋਡੀ ਡੋਲ ਗਈ, ਹਰ ਪ੍ਰੇਮੀ ਹੀ ਅਡੋਲ ਕਰਤਾ, ਅੱਧੀ ਸੰਗਤ ਤਾਂ ਥੋਡੀ ਡੋਲ ਗਈ, ਹਰ ਪ੍ਰੇਮੀ ਹੀ ਅਡੋਲ ਕਰਤਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।